कदे रख हौसला कर फते दुनिया दुख सुख ते ताना बाणाए डिगदे ने जो टह जांदे चल समय नाल कि अजे तू इतिहास बनाउणा है। ਲੱਸੇ ਨੀ ਉਹਦਾ ਮੱਥਾ ਤਾਰਿਆ ਵਾਂਗੂ ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ ਚੁੰਮੋ ਨੀ ਉਹਦੇ ਹੱਥ ਚੰਬੇ ਦੀਆਂ ਕਲੀਆਂ ਧੋਵੋ ਨੀ ਉਹਦੇ ਪੈਰ ਮੱਖਣ ਦੇ ਪੇੜੇ ਅੱਜ ਉਹ ਆਇਆ ਸਾਡੇ ਵਿਹੜੇ। ਬਹੁਤ ਮੁਬਾਰਕਾਂ ਸਾਡੇ ਛੋਟੇ ਵੀਰ ਨਵੀਂ ਨੂੰ ਅਤੇ ਆਸਟ੍ਰੇਲੀਆ ਅਸੀਂ ਜਾਂਦੇ ਹਾਂ ਅਕਸਰ ਸਾਰੇ ਆਰਟਿਸਟ ਨਾਲ ਇਹਨਾਂ ਦਾ ਬਹੁਤ ਪ੍ਰੇਮ ਪਿਆਰ ਆ ਹਰੇਕ ਕਮਿਊਨਿਟੀ ਦੇ ਹਰੇਕ ਸਾਂਝੇ ਕੰਮ ਲਈ ਖੜ੍ਹੇ ਹੁੰਦੇ ਆ ਅਤੇ ਅੱਜ ਇਹਨਾਂ ਨੇ ਐਪ ਲਾਂਚ ਕੀਤੀ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਪਰਮਾਤਮਾ ਬਹੁਤ ਕਾਮਯਾਬ ਦੇ ਵਿੱਚ ਰੱਖੀ ਹੁੰਦਾ। ਰੀਲ ਸਟਾਰ ਐਪ ਜਿਹੜੀ ਕਿ ਪੂਰੀ ਸਾਡੀ ਪੰਜਾਬੀ ਇੰਡਸਟਰੀ ਵਾਸਤੇ ਸਾਰਿਆਂ ਵਾਸਤੇ ਪ੍ਰਾਊਡ ਵਾਲੀ ਗੱਲ ਹੈ। ਨਿੱਕ ਭਾਅ ਜੀ ਸਾਰੀ ਟੀਮ ਖੜ੍ਹੀ ਹੈ ਜਿਹੜੇ ਕਿ ਇਵੈਂਟ ਦੇ ਅੰਦਰ ਤਾਂ ਇਹਨਾਂ ਦਾ ਨਾਂ ਹੈ ਹੀ ਆ, ਆਸਟ੍ਰੇਲੀਆ 'ਚ ਬਹੁਤ ਵਧੀਆ ਇਵੈਂਟ ਕਰਾਉਂਦੇ ਆ ਇੰਟਰਨੈਸ਼ਨਲ ਲੈਵਲ 'ਤੇ ਔਰ ਅੱਜ ਇਹ ਐਪ ਲਾਂਚ ਹੋ ਰਹੀ ਹੈ। ਮੇਰੇ ਹਿਸਾਬ ਨਾਲ ਸਾਡੀ ਮਿਊਜ਼ਿਕ ਇੰਡਸਟਰੀ ਵੀ ਔਰ ਪੂਰਾ ਸੋਸ਼ਲ ਮੀਡੀਆ ਦਾ ਜਿੱਦਾਂ ਦੌਰ ਹੈ ਉਹ ਹੋਰ ਤਰੱਕੀ ਕਰੇਗਾ। ਤੁਸੀਂ ਵੀ ਸਾਰੇ ਪਹੁੰਚੇ ਹੋ, ਸਾਰਿਆਂ ਦਾ ਦਿਲੋਂ ਧੰਨਵਾਦ। ਮੇਰਾ ਨਾਮ ਨਿੱਕ ਬਹਿਲ ਹੈ ਜੀ, ਮੈਂ ਰੀਲ ਸਟਾਰ ਦਾ ਕੋ ਫਾਊਂਡਰ ਹੈ ਅਤੇ ਮੇਰੇ ਨਾਲ ਨਵਦੀਪ ਸ਼ਰਮਾ ਜੀ ਹੈ, ਇਹ ਰੀਅਲ ਸਟਾਰ ਦੇ ਦੂਜੇ ਕੋ ਫਾਊਂਡਰ ਨੇ ਜੀ। ਅਸੀਂ ਦੋਨੇ ਇੱਕ ਵਿਜ਼ਨ ਲੈ ਕੇ ਚੱਲੇ ਸੀ ਜੀ ਕਿ ਅਸੀਂ ਆਰਟਿਸਟਾਂ ਲਈ ਜਿਨ੍ਹਾਂ ਲਈ ਅਸੀਂ ਜਿਨ੍ਹਾਂ ਜੋ ਸਾਨੂੰ ਇੰਨਾ ਐਂਟਰਟੇਨ ਕਰਦੇ ਨੇ ਹਰ ਫੀਲਡ ਦੇ ਵਿੱਚ, ਉਹਨਾਂ ਲਈ ਕੁਝ ਇਹੋ ਜਿਹੀ ਐਪ ਬਣਾਈਏ ਜਿਹੜੇ ਕਿ ਉਹਨਾਂ ਦਾ ਫਿਊਚਰ ਸਿਕਿਓਰ ਕਰੇ। ਸੋ ਅਸੀਂ ਰੀਲ ਸਟਾਰ ਬਣਾਈ ਇੱਕ ਵਿਜ਼ਨ ਦੇ ਨਾਲ ਕਿ ਜੋ ਵੀ ਆਰਟਿਸਟ ਕੰਟੈਂਟ ਕ੍ਰੀਏਟ ਕਰਦਾ ਉਹਨੂੰ ਓਨ ਕਰ ਸਕੇ, ਉਹਨੂੰ ਉਹਦਾ ਮਾਲਕ ਬਣ ਸਕੇ। ਜਦ ਤੱਕ ਉਹ ਕੰਟੈਂਟ ਦੇਖਿਆ ਜਾਏਗਾ, ਪਬਲਿਕ ਉਹਨੂੰ ਦੇਖੇਗੀ, ਉਹਦੇ ਫੈਨਸ ਉਹਨੂੰ ਦੇਖਣਗੇ, ਉਹ ਪੈਸੇ ਬਣਾਉਂਦਾ ਰਹੇ, ਉਹਨੂੰ ਮੋਨੀਟਾਈਜ਼ ਕਰਦਾ ਰਹੇ ਤਾਂ ਕਿ ਉਹਦਾ ਫਿਊਚਰ ਸਿਕਿਓਰ ਰਹੇ। ਜਦੋਂ ਉਹ ਗਾ ਨਾ ਸਕੇ, ਜਦੋਂ ਉਹ ਆਰਟ ਉਹਦੇ ਵਿੱਚ ਫੇਡ ਹੋ ਜਾਵੇ ਤਾਂ ਵੀ ਉਹ ਪੈਸੇ ਬਣਦੇ ਰਹਿਣ। ਉਹਨੂੰ ਅਸੀਂ ਇੱਕ ਐਫਰਟ ਕੀਤਾ ਦੁਨੀਆ ਦੇ ਵਿੱਚ, ਗਲੋਬਲੀ ਅਸੀਂ ਇਹ ਐਪ ਬਣਾਈ ਹੈ ਅਤੇ ਤੁਸੀਂ ਇਹ ਸੋਚ ਕੇ ਚੱਲੋ ਕਿ ਅਸੀਂ ਇਹ ਐਪ ਇੰਨੇ ਵੱਡੇ ਲੈਵਲ 'ਤੇ ਬਣਾਤੀ ਹੈ ਅਤੇ ਅੱਜ ਸਾਨੂੰ ਇਹ ਕਹਿ ਕੇ ਖੁਸ਼ੀ ਹੁੰਦੀ ਹੈ, ਮੀਡੀਆ ਨੂੰ ਵੀ ਇਹ ਸੁਣ ਕੇ ਖੁਸ਼ੀ ਹੋਏਗੀ ਕਿ ਇਸ ਐਪ ਦੇ ਫਾਊਂਡਰਸ ਪੰਜਾਬੀ ਨੇ। ਸਰ ਜਿਹੜੇ ਵੈਰੀਫਾਈਡ ਬੇਸ 'ਤੇ ਕਰਾਂਗੇ ਫਸਟਲੀ, ਕਿਉਂਕਿ ਜਦੋਂ ਵੀ ਕੋਈ ਸਟਾਰਟ ਕਰਦਾ ਹੈ ਆਰਟਿਸਟ ਦੇ ਸਟਰਗਲ ਟੂ ਗੈਟ ਦਾ ਵੈਰੀਫਾਈ ਅਕਾਊਂਟ ਫਰੋਮ ਇੰਸਟਾਗ੍ਰਾਮ, ਦੇਰ ਆਰ ਅਲੋਟ ਆਫ ਫੋਰਮੈਲਿਟੀਜ਼। ਅਤੇ ਅਸੀਂ ਕੀ ਕੀਤਾ ਹੈ ਕਿ ਵੀ ਜਿਹੜਾ ਵੀ ਆਰਟਿਸਟ ਸਾਡੇ ਨਾਲ ਜੁੜੇਗਾ ਆਪਾਂ ਉਹਨੂੰ ਫੋਨ ਕਾਲ ਕਰਕੇ, ਵੀਡੀਓ ਕਾਲ ਕਰਕੇ ਵੈਰੀਫਾਈ ਕਰਕੇ ਬਲੂ ਟਿਕ ਸਟਾਰਟਿੰਗ 'ਚ ਹੀ ਦੇ ਦਾਂਗੇ, ਕਿਉਂਕਿ ਵਿਲ ਬੀ ਉਹਨੂੰ ਸਟਰਗਲ ਨਾ ਅੰਡਰਸਟੈਂਡਿੰਗ ਕਿ ਉਹਨੂੰ ਉਸ ਪ੍ਰੋਸੈਸ ਦੇ ਵਿੱਚੋਂ ਨਾ ਲੰਘੇ ਜਿਹ 'ਚ ਬੜਾ ਲੰਬਾ ਟਾਈਮ ਲੱਗਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਦਿਲਜੋਤ। ਸੋ ਪਹੁੰਚ ਚੁੱਕੇ ਹਾਂ ਰੀਲ ਸਟਾਰ ਐਪ ਦੀ ਪ੍ਰੀ ਲਾਂਚ 'ਤੇ ਐਂਡ ਦਿਸ ਇਵੈਂਟ ਇਜ਼ ਬੇਸਿਕਲੀ ਟੂ ਕ੍ਰੀਏਟ ਅ ਬਜ਼ ਫੋਰ ਦੀ ਐਪ ਜਿਹੜੀ ਮਾਰਚ ਔਨਵਰਡਸ ਤੁਹਾਡੇ ਸਾਹਮਣੇ ਹੋਏਗੀ। ਸੋ ਰੀਅਲੀ ਲੁਕਿੰਗ ਫਾਰਵਰਡ ਟੂ ਦ ਈਵਨਿੰਗ ਐਂਡ ਆਈ ਹੋਪ ਯੂ ਆਲ ਇੰਜੋਏ ਇਟ। ਉਹ ਬੰਦਾ ਕੀ ਜੋ ਗੁਨਾਹਗਾਰ ਹੈ, ਬਿਨਾਂ ਨਖਰੇ ਤੋਂ ਕੋਈ ਮੁਟਿਆਰ ਕਦੀ ਬਿਨਾਂ ਨਖਰੇ ਤੋਂ ਕੋਈ ਮੁਟਿਆਰ ਕਦੀ। We'll be right back.
एंड मिस्टर नवीन इन्होंने बहुत अच्छा एफर्ट किया। कलाकार कई रंग होते हैं, कई तरीके उन्होंने लोगों को इंटरटेनमेंट करते होते हैं और उन्होंने हर रंग का कोई बहुत बेहतरीन उन्होंने मुआवजा उन्होंने प्राइज भी मिलनी चाहिए आ यार हिलना दो जो मेरे नाल इन्होंने दोपहरे डिस्कस किया एंड आई हैव कम टू नो इट्स रियली अ वेरी फैंटास्टिक आइडिया।